ਹਜ਼ਰਤ ਅਬੂਬਕਰ ਸਦੀਕ ਦੇ ਕੋਲ ਆ ਗਈ। ਆ ਕੇ ਕਹਿੰਦੀ ਜੀ ਉਹ ਮੁਬਾਰਕ ਆਦਮੀ ਕਿੱਥੇ ਆ, ਉਹ ਮੁਬਾਰਕ ਆਦਮੀ ਕਿੱਥੇ ਆ। ਹਜ਼ਰਤ ਅਬੂਬਕਰ ਕਹਿਣ ਲੱਗੇ ਮਾਈ ਕੌਣ ਮੁਬਾਰਕ। ਉਹ ਕਹਿੰਦੀ ਜੀ ਤੁਸੀਂ ਮੈਨੂੰ ਪਛਾਣਿਆ ਨੀ, ਤੁਸੀਂ ਮੇਰੇ ਘਰ ਆਏ ਸੀ। ਉਹ ਮੁਬਾਰਕ ਆਦਮੀ ਨੇ ਮੇਰੀ ਬਿਮਾਰ ਬੱਕਰੀ ਦੇ ਸਿਰ ਤੋਂ ਹੱਥ ਫੇਰਿਆ, ਮੇਰੀ ਬੱਕਰੀ ਹੁਣ ਤੱਕ ਦੁੱਧ ਦੇਈ ਜਾਂਦੀ ਹੈ। ਸੁਭਾਨ ਅੱਲਾਹ, ਉਹ ਏਡਾ ਮੁਬਾਰਕ। ਤੋ ਹਜ਼ਰਤ ਅਬੂਬਕਰ ਸਦੀਕ ਕਹਿਣ ਲੱਗੇ ਮਾਈ ਉਹਨਾਂ ਦਾ ਨਾਮ ਮੁਬਾਰਕ ਨੀ, ਉਹਨਾਂ ਦਾ ਨਾਮ ਹੈ ਮੁਹੰਮਦ ਮੁਸਤਫਾ ਅੱਲਾਹ ਦੇ। ਸੁਭਾਨ ਅੱਲਾਹ, ਉਹ ਅੱਲਾਹ ਦਾ ਆਖਰੀ ਨਬੀ ਆ, ਨਾਮ ਹੈ ਮੁਹੰਮਦ ਮੁਸਤਫਾ, ਉਹਨਾਂ ਦਾ ਨਾਮ ਮੁਬਾਰਕ ਨੀ। ਉਹ ਕਹਿੰਦੀ ਚੱਲ ਫਿਰ ਮੈਨੂੰ ਉਸ ਨਬੀ ਦੀ ਜ਼ਿਆਰਤ ਕਰ। ਮਾਈ ਬਾਬਾ ਜੀ ਆਈ ਸਰਕਾਰ ਮਦੀਨਾ ਦੇ ਕੋਲ, ਆ ਕੇ ਹਜ਼ੂਰ ਦਾ ਕਲਮਾ ਪੜਿਆ। ਦੋਏ ਮਾਂ ਪੁੱਤ ਮੁਸਲਮਾਨ ਹੋ ਗਏ। ਜਿਸ ਵਕਤ ਮੁਸਲਮਾਨ ਹੋਏ ਘਰ ਆ ਗਏ, ਉਹਦਾ ਆਦਮੀ ਆਇਆ। ਉਹ ਕਹਿੰਦਾ ਅੱਜ ਫੇਰ ਆਪਣੇ ਘਰ ਤੇ ਨੂਰ ਦੀ ਲੈਟ ਪੈਂਦੀ, ਅੱਜ ਉਹ ਮੁਬਾਰਕ ਆਦਮੀ ਫੇਰ ਆਇਆ ਸੀ। ਉਹ ਕਹਿੰਦੀ ਬੰਦੇ ਖੁਦਾ ਉਹਦਾ ਨਾਮ ਮੁਬਾਰਕ ਨਹੀਂ, ਉਹ ਅੱਲਾਹ ਦਾ ਆਖਰੀ ਨਬੀ ਆ, ਜਨਾਬ ਮੁਹੰਮਦ ਦੇ ਮੁਸਤਫਾ ਉਹਨਾਂ ਦਾ ਨਾਮ, ਉਹ ਆਖਰੀ ਨਬੀ ਆ। ਮੈਂ ਤਾਂ ਸਰਕਾਰ ਦਾ ਦੀਦਾਰ ਕਰਕੇ ਉਹਦੇ ਮੱਥੇ ਲੱਗ ਕੇ ਉਹਦਾ ਕਲਮਾ ਵੀ ਪੜਿਆ ਹੀ। ਉਹ ਕਹਿੰਦਾ ਜੇ ਤੁਸੀਂ ਕਲਮਾ ਪੜ ਲਿਆ ਤਾਂ ਮੈਨੂੰ ਵੀ ਲੈ ਕੇ ਚੱਲੋ। ਬਾਬਾ ਜੀ ਤਿੰਨੇ ਜੀ ਤੁਰ ਪਏ, ਆਏ ਮਸਜਿਦ ਨਬਵੀ ਦੇ ਵਿੱਚ। ਅੱਗੇ ਮਿੰਬਰ ਤੇ ਜਨਾਬ ਮੁਹੰਮਦ ਮੁਸਤਫਾ ਨੂੰ ਵੇਖ ਕੇ ਉਹ ਮਾਈ ਬੇਸਾਖਤਾ ਪਤਾ ਕੀ ਕਹਿੰਦੀ, ਅਰਸ਼ਾਂ ਦਾ ਰਾਹੀ ਮਹਿਬੂਬੇ ਖੁਦਾਏ, ਅਰਸ਼ਾਂ ਦਾ ਰਾਹੀ ਮਹਿਬੂਬੇ ਖੁਦਾਏ, ਅਰਸ਼ਾਂ ਦਾ ਰਾਹੀ ਮਹਿਬੂਬੇ ਖੁਦਾਏ, ਇਹ ਮੇਰਾ ਮਾਹੀ ਸਮਝੇ ਅਲਾ, ਅਰਸ਼ਾਂ ਦਾ ਰਾਹੀ ਮਹਿਬੂਬੇ ਖੁਦਾਏ, ਮੇਰਾ ਮਾਹੀ ਸਮਝੇ ਅਲਾ, ਸਮਝੇ ਅਲਾ। Yeah.
ਕਿਤੇ ਨੀ ਚੱਲੇ ਪਿੰਡ ਵਾਲੇ ਪਕੜਾ ਨਾਲ ਜਮਾ ਦਿੱਤਾ ਕੀ ਬਦਲ ਹਜ਼ੂਰ ਸੀ ਬਿਜਲੀ ਆਈ ਕੀ ਬਦਲ ਹਜ਼ੂਰ
ਮੁਹੰਮਦ ਦੇ ਮੁਸਤਫਾ ਦੀ ਜ਼ਾਤ ਨਾਲ ਇੰਜ ਪਿਆਰ ਕਰ, ਇੰਜ ਇਸ਼ਕ ਕਰ ਜਿਵੇਂ ਖਾਜਾ ਵੈਸ ਕਰਦੀ ਨੇ ਕਿ ਸੁਭਾਨ ਅੱਲਾਹ ਸੁਭਾਨ ਅੱਲਾਹ। ਹਜ਼ੂਰ ਪਾਕ ਦਾ ਇੱਕ ਦੰਦ ਸ਼ਹੀਦ ਹੋਇਆ ਤਾਂ ਖਾਜਾ ਵੈਸ ਕਰਦੀ ਨੇ ਆਪਣੇ ਪਤੀ ਦੇ ਪਤੀ ਦੰਦ ਸ਼ਹੀਦ ਕਰ ਲਏ ਕਿ ਪਤਾ ਨਹੀਂ ਮੇਰੇ ਮਹਿਬੂਬ ਦਾ ਕਿਹੜਾ ਦੰਦ ਸ਼ਹੀਦ। ਸੁਭਾਨ ਅੱਲਾਹ ਤਾਂ ਉਹਦੇ ਨਾਲ ਪਿਆਰ ਇੰਜ ਕਰ ਸੁਸ਼ੇਲ ਪੇਸ਼ ਕਰ ਲਿਆ ਸਖੀ
ਸਾਜਾ ਸਖੀ ਜਾਦੂ ਤੇ ਹੋਰ ਕੋਈ ਹੋਣਾ ਨਹੀਂ ਬੇਸ਼ੱਕ ਕਿਉਂ ਤੱਕਿਆ ਜਹਾਨ ਸਾਰਾ ਇਹਦੇ ਜਿਹਾ ਸੋਹਣਾ ਨਹੀਂ ਨਕਾਰੀ ਨਾ ਹੋਵੇ ਉਹ ਕਿਹੜਾ ਐਸਾ ਦੁਆਰਾ ਕਿ ਜਿੱਥੋਂ ਮੰਗਿਆ ਨਕਾਰੀ ਨਹੀਂ ਹੋਵੇ ਤੂੰ ਸ਼ੇਰ ਪੇਸ਼ ਕਰ ਰਿਹਾ ਸਭ ਤੋਂ ਸ਼ੇਰ ਹੈ ਜਨਾਬੇ ਮੁਹੰਮਦ ਮੁਸਤਫਾ ਸੁਭਾਨ ਅੱਲਾਹ ਕਿਹਦਾ ਸਦਕਾ ਸਦਕਾ
ਬਣਦਾ ਏ ਨਬੀ ਬਣ ਜਿੰਦਾ ਖੁਦਾ ਏ ਬਣਦਾ